ਕੋ ਕੌਨਸਾ ਵਾਇਰੂਸ ਜਿੱਕੇ ਭਦੇ ਉਹਨ ਕੀ 7 ਦਿਨ ਬਾਅਦ ਜੀ ਸਾਥ ਸੰਗ ਜੀ ਐਸ ਵੇਲੇ ਨਾਨ ਸਰਪਕਤੀ ਦੇ ਘਰ ਸਾਰੇ ਹਾਜ਼ਰੀਆਂ ਪੜਨੋਂ ਕਰਮਾ ਵਾਲਿਆਂੋਂ ਭਾਗਾ ਵਾਲਿਆਂ ਸਾਰੇ ਸੰਗਤ ਨੇ ਸ੍ਰੀ ਗੁਰੂ ਅੰਗਦ ਸਾਹਿਬ ਦੇ ਪਾਛੇ ਦਾ ਹੁਕਮਨਾਮਾ ਸੁਣਿਆ ਇਸ ਤੋਂ ਪਹਿਲਾਂ ਪਿਆਰੇ ਬਾਬਾ ਇਸਤਸ ਸਿੰਘ ਮਹਾਰਾਜ ਨਾ ਨ ਸਰਕਲੇਰਾ ਵਾਲੇ ਜਿੰਨਾਂ ਦੇ ਹਾਰ ਐਤਵਾਰ ਨੂੰ ਅੰਮ੍ਰਿਤ ਵਚਨ ਲਗਦੇ ਸਾਰੀ ਸੰਗਤ ਨੇ ਬਾਬਾ ਦੇ ਬਚਨ ਸੁਣਨੇ ਇਸ ਨਾਲ ਸਰ ਜਿਠੇਰ ਕੇ ਬਾਬਾ ਜੀ ਲੱਖਾਂ ਦੁਨੀਆਂ ਨੂੰ ਤਾਰੇ ਤਨਾਤ ਨਾ ਦੀ ਦੁਨੀਆਂ ਸਗਾਤਾਂ ਲੈ ਕੇ ਆਉਂਦੀ ਸੀ ਕੋਈ ਕੁਝ ਕੋਈ ਕੁਝ ਥੋੜੇ ਤਾਂ ਕਈ ਜਾਂ ਬੋਲਣੀਆਂ ਹੁੰਦੀਆਂ ਬਾਬਾ ਜੀ ਦੇ ਨਾਲ ਬਾਬਾ ਜੀ ਸ੍ਰੀ ਸਿਮਰ ਦੇ ਨਾਲ ਭਾਈ ਮਹਿੰਦਰ ਸਿੰਘ ਜੀ ਹੋਣੀ ਬਾਗ ਤਾਂ ਨਹੀਂ ਰਹਿੰਦੇ ਸੀ ਮਗਰ ਉਹ ਆ ਕੇ ਇਸੇ ਖਾਦੇ ਕੋੜ ਦੇ ਕੋਲੇ ਪਿੰਡ ਹੈ ਮਸੀਤਾਂ ਹੁਣ ਉਹਦਾ ਨੌ ਬਾਬਾ ਜੀ ਨੇ ਤਾਤਾ ਸੀਗਾ ਗੁਰੂ ਨਾਨਕ ਸਾਹਿਬ ਉੱਥੇ ਹੁਣ ਨਾਨਕ ਸਾਹਿਬ ਵੀ ਬਣਿਆ ਬਿਆਰ ਸੋ ਉੱਥੇ ਰਹਿੰਦੇ ਸੀ ਉਹ ਵੀ ਕੋਈ ਨਾ ਕੋਈ ਜੀ ਲੈ ਕੇ ਉਹ ਪ੍ਰਾਨ ਸਿੰਘੀ ਕਰਕੇ ਬਾਬਾ ਜੀ ਦੇ ਨਾਲ ਸੇਵਾ ਕਰਦੇ ਰਹੇ ਸੀ ਬਾਬਾ ਨਾਨਕ ਸਿੰਘੀ ਦੀ ਦੋਨੇ ਕੱਠੇ ਉਹਨੇ ਕੋਈ ਨਾ ਕੋਈ ਚੀਜ਼ ਲਿਆਉਣ ਲਈ ਇੱਕ ਵਾਰੀ ਆਇਆ ਆ ਕੇ ਮਤਲਬ ਬਾਬਾ ਜੀ ਕਰਨ ਮੈਂ ਸਾਕੀ ਲਿਆ ਕਹਿੰਦਾ ਬਾਬਾ ਜੀ ਛੋਲੇ ਦੇ ਦਾਣੇ ਬਣਾ ਕੇ ਲਿਆ ਬਈ ਬਾ ਬਈ ਬਾ ਨਾ ਤਾਂ ਮਠਿਆਈ ਖਾਂਦੇ ਆਂਦਾ ਪਤਾ ਲੱਗਦਾ ਕਿਸੇ ਨੂੰ ਤੇ ਨਾ ਬਰਫੀ ਲੱਡੂ ਖਾਂਦਾ ਜਾਂਦਾ ਨਾ ਕੜਾਕਾ ਬੜਾ ਪੈਂਦਾ ਬੜਾ ਸੋਹਣੇ ਲੈਂਦੇ ਚੋਰ ਕਾਦੇ ਰਹਿੰਦੀ ਸੀ ਆਉਂਦੇ ਰਹਿੰਦੀ ਸੀ ਇੱਕ ਵਾਰੀ ਉਹ ਦਰਸ਼ਨ ਕਰਨ ਆਏ ਜਦੋਂ ਆਇਆ ਨਾ ਇੱਕ ਪੁੱਛ ਵਾਲਿਆਂ ਤੋਂ ਲੈ ਕੇ ਬਾਬਾ ਨਾਨ ਸਿੰਘ ਜੀ ਕੋਲ ਵੀ ਰਹੇ ਉਹ ਜਾਨੀ ਰਤਨ ਸਿੰਘ ਸੀਗੇ ਭਾਈ ਕੀ ਡਰੋਲੀ ਵਾਲੇ ਉਹ ਵੀ ਆਏ ਵੇ ਆ ਕੇ ਬਾਬਾ ਜੀ ਦੇ ਦਰਸ਼ਨ ਕਰਨ ਮੁੜ ਕੇ ਚੱਲਣਾ ਤੇ ਸੜਕ 'ਤੇ ਗਏ ਦੋਨੇ ਜਾਣੇ ਭਾਈ ਮਹਿੰਦਰ ਸਿੰਘ ਵੀ ਤੁਰਿਆ ਜਾਂਦਾ ਤੇ ਨਾਲ ਡਰੋਲੀ ਵਾਲਾ ਰਤਨ ਸਿੰਘ ਤੁਰਿਆ ਜਾਂਦਾ ਪੁੱਛ ਵਾਲਿਆਂ ਕੋਈ ਵੀ ਰਹਾ ਬਾਬਾ ਨਾਨ ਸਿੰਘ ਕੋਲ ਇੱਥੇ ਵੀ ਆਉਂਦਾ ਰਹਿ ਰactos ਉਹ ਤੁਰਿਆ ਤੁਰਿਆ ਨਾ ਮਖੌਲ ਕਰਨ ਲੱਗ ਗਿਆ ਮਹਿੰਦਰ ਸਿੰਘ ਨੂੰ ਕਾਲ ਗੱਮੈਂਦਰ ਸਿਆਂ ਤੂੰ ਤੇ ਬਾਬਾ ਇਸਰੀ ਇਕੱਠੇ ਰੋਹ ਤਰਾ ਮਿੱਤਰਾ ਉਹ ਤਾਂ ਗੱਡੀਆਂ ਤੇ ਚੜਦੇ ਨਾ ਤੇ ਤੂੰ ਤੁਰਿਆ ਫਿਰਦਾ ਤੂੰ ਵੀ ਕਿਤੇ ਕਾਰ ਤੇ ਮੈਂ ਕਿਹਾ ਝੂਟਾ ਲੈ ਲਿਆ ਕਰ ਉਹਨਾਂ ਦੇ ਨਾਲ ਧਿਆਨ ਦੇਣਾ ਉਹ ਕਹਿੰਦੇ ਨਾ ਭਈ ਮੈਂ ਬਾਬਾ ਜੀ ਨਾਲ ਬੈਹਿ ਸਕਦਾ ਮੈਂ ਗ੍ਰਿਸ਼ਤੀ ਬੰਦਾ ਲੈ ਇਹਨਾਂ ਦੇ ਇਕੱਠੇ ਰਹੇ ਬਖੌਲ ਕਰੀ ਗਿਆ ਪਰ ਕਹਿੰਦਾ ਵੀ ਕੋਈ ਗੱਲ ਨਹੀਂ ਹੈ ਉਹ ਤਾਂ ਚੱਲਦੇ ਨੇ ਕਾਰਾਂ ਤੇ ਤੁਸੀਂ ਰਹੇ ਇਕੱਠੇ ਤੂਤਿਆ ਫਿਰਦਾ सड़क से जा खड़े बस ली भाई डरौली में जाना सी, उन्हें भी मोगे जाना छा बस से खड़े तो बाबाजी अंतर जामी गए कद ग चल तो मोगे ने चल जो गए उ अड्डे कि उसे दोन्ने तो खड़े भाई तो महेंद्र सिंह नहीं खड़ा है डरौली गल कर ग्डी ते बह जाने से गली जो उ गए अंतर जामी बाबा महेंद्र सिंह ਆ ਬੈਠ ਗੱਡੀ ਚੋ ਨਾ ਬਾਬਾ ਜੀ ਮੈਂ ਥੋੜੀ ਕਿੱਥੇ ਮੈਂ ਬੈਠ ਸਕਦਾ ਬੈਠਾ ਜੇ ਬੈਠਣੇ ਪੂਰ ਕਹਦਾ ਬਾਬਾ ਜੀ ਕਹਿੰਦਾ ਲੋਕਾਂ ਦੇ ਤਰ੍ਹਾਂ ਨਹੀਂ ਤੇ ਨਹੀਂ ਜਾਣੇ ਬੈਠ ਹੁਣ ਰਤ ਨੂੰ ਸਾਹਕ ਦਾ ਵੀ ਇਹ ਕੀ ਗੱਲ ਬਣ ਗਈ ਮੈਂ ਤਾਂ ਅਸੀਂ ਗੱਲਾਂ ਕਰਦਾ ਹੁੰਦਾ ਸੀ ਭਾਈ ਮੈਂ ਦਿਸੋਂ ਮੱਥਾ ਦੇ ਕੇ ਵਹਿ ਗਿਆ ਉਹਨੂੰ ਰਤ ਆਹਦਾ ਹੁਣ ਦੇਖ ਲੈ ਮੇਰਾ ਮੇਤਰਾ ਆ ਗਿਆ ਗੱਡੀ ਲੈ ਕੇ ਅਸਤਾ ਚੱਲਣਿਆ ਤੂੰ ਬਸ ਤੇ ਝੂਟਦਾ ਇਹ ਜੇ ਝੋੜ ਕਰਦੇ ਰਹਿੰਦੇ ਸੀ ਕੇ ਰਹਿਣਾ ਭਾਈ ਸਾਂ ਮੈਂ ਆਪਣਾ ਭਾਈ ਮਹਿੰਦਰ ਸਿੰਘ ਦੀ ਭੈਣ ਮਕਤੀਆ ਮਕਤੀਆ ਇੰਦਰ ਕੋਰ ਨੂੰ ਪਹੁੰਚਦਾ ਉਸੇ ਬਾਜੀ ਨੂੰ ਦਹੀ ਨੂੰ ਪੁਰੇ ਵਿਆਹੀ ਗਈ ਤੇ ਪ੍ਰਾਇਮਕ ਚਾਰ ਹੁੰਦਾ ਉਹ ਚ ਪ੍ਰੇਤ ਆਉਣ ਲੱਗ ਗਿਆ ਮਹਿੰਦਰ ਸਿੰਘ ਮਿਲਣ ਗਿਆ ਸਾਰਾ ਪਰਿਵਾਰ ਦਾਸ ਬਜਾ ਤੇ ਪ੍ਰੇਰ ਕਰ ਮੈ ਨਹੀਂ ਬਸਣਿਆ ਤੁਹਾਨੂੰ ਘਰ ਯਾਰ ਤੁਹੋੜਾ ਤੇ ਮਹਿੰਦਰ ਸਿੰਘ ਦੇ ਕੇ ਹੈਰਾਨ ਹੋ ਗਿਆ ਆਪ ਮੈਂ ਪੁਨਹੇ ਮਕਤੀਆ ਸਿੰਘ ਨੂੰ ਕਹਿਣ ਲੱਗਾ ਮਕਤੀਆ ਸਿੰਘ ਚੱਲ ਬਾਬਾ ਜੀ ਕੋਲੇ ਚੱਲ ਗਏ चल क्या चल नहीं दुनिया जाने इंदर कौर में झोड़ ही लैके चले बस्सिया तो जाके उतरे ना तो गाह चुन लगे पे चर गया क्या मैं नहीं जाना उ बड़ा खिचो जा भी ना महेंद्र सिंह कहना मैं तब मेरा मदार करा है मेरी भैन मैं मोडिया तो बिठा मेरे मैं चक के लिए आना उ चक के ला गए उ पासे मूँ भर खड़ गए ਮਹੰਦਰ ਸਿੰਘ ਆਪਣੇ ਬਾਬਾ ਜੀ ਪ੍ਰੇਤ ਨੇ ਬੜੇ ਔਖੇ ਕਿਹਾ ਪਾਠ ਖਰਾਉ ਕੋ ਸਾਮ ਪੜ੍ਹ ਸੱਤ ਮਹੀਨੇ ਬਾਬਾ ਜੀ ਘਰੇ ਕਰਾਈਏ ਇੱਕ ਗੁਰਦੁਆਰੇ ਬਾਬੇ ਦੇ ਘਰੇ ਕਰਾਓ ਨਾਲੇ ਪਾਠ ਦੀ ਸੇਵਾ ਕਰੂੰਗੇ ਨਾਲੇ ਬੀਬੀ ਸੁਣੂ ਬਾਬਾ ਜੀ ਨੇ ਚੰਗੇ ਚੰਗੇ ਪਾਠ ਹੀ ਭਾਈ ਉਲਾਸਿਓ ਭਾਈ ਸੁਚਾਸਿਓ ਤੇ ਇਹ ਪਾਠ ਹੀ ਭੇਜੇ ਚੰਗੇ ਚੰਗੇ ਪਾਠ ਹੱਤਾਂ ਆ ਸੁਪਨਾ ਪੂਰੀ ਮਰਜ਼ਾ ਮਰਜ਼ਾ ਦਾ ਪਾਠ ਹੋ ਗਏ ਫੇਰ ਕਾਰਜ ਹੁੰਦੇ ਜਦੋਂ ਮੱਧ ਲੱਗਿਆ ਰੇਤੇ ਆਕੇ ਬੋਲ ਪਿਆ ਕਹਣਾ ਮੇਰਾ ਹਾਲ ਹੋ ਗਿਆ ਮੈਂ ਹੁਣ ਦਰਗਾਹ ਨੂੰ ਚਲਿਆ ਬੀਬੀ ਉਹਦੇ ਹੀ ਕਹਿੰਦੀ ਮੇਰਾ ਅਸੀਰ ਹੌੜਾ ਥਲ ਹੋ ਗਿਆ ਮੈਂ ਠੀਕ ਐ ਐ ਬਾਬਾ ਜੀ ਕਾਲ ਕਾਜ਼ੇ ਨੂੰ ਸਮਾਪਤੀ ਕਰਦੇ ਬੋਲਣ ਦੀ ਕਿ ਇਸ ਲਈ ਪੁੰਨਿਆ ਤੇ ਆਈ ਸੀ ਕਪਤਾ ਪੁੰਨਿਆ ਨੂੰ ਕੱਤੇ ਦੀ ਪੁੰਨਾਂ ਨੰਕ ਗਈ ਆ ਉਸ ਤੋਂ ਦੂਜੀ ਪੁੰਨਿਆ ਕੱਤੇ ਦੀ ਪੁੰਨਿਆ ਬਹੁਤ ਭਰਦੀ ਆ ਅੱਗੋ ਪਿੱਛੋ ਵੀ ਪੁੰਨਿਆ ਬਹੁਤ ਚੰਗੀ ਭਰਦੀ ਆ ਪੁੰਨਿਆ ਦੇ ਉੱਤੇ ਇੱਕ ਬੀਬੀ ਕਰਮਾਂ ਵਾਲੀ अपने पति कह पति परमेर दुनिया जानी है चलो आप है उसे कि मिलता है एवं जे खाने बैठे ना तेनू की मिलना वो कड़ा कुछ मिलता है मुरादा पूरी होंगे पर सा जवाब सवाल होंगे वो तो क्यों मिलना तैन क्षेत्र मिलता है आपस में बाप साहब पति तो पति भी होंगे वो कल आपा चलिए ना पुन्या से वह एम ही टैंक खराब करना है सुनो प्यादे ਅਰਜ ਹੈ ਕਾਰਾਂ ਪਤੀ ਜੀ ਤੈਨੂੰ ਲਗਿਆ ਪਤਾ ਕਿਸੇ ਤੂੰ ਮੈਨੂੰ ਤੇਰੇ ਨਾਲ ਕਰਮ ਮੇਰੇ ਨੂੰ ਬੇਨਤੀ ਕਰਦੀ ਚੱਲ ਆਪ ਵੀ ਚੱਲੀਏ ਪਤੀ ਜੀ ਪੁੰਨਿਆ ਨਾਨਕ ਸਰਦੀ ਕਰਨ ਕੀ ਮੇਰੇ ਨਾਲ ਰਹਿ ਨੂੰ ਉਥੋਂ ਕੀ ਮਿਲਣਾ ਹੈ ਤੈਨੂੰ ਐਵੇਂ ਖੇਚ ਲ ਜਾਵੇਂ ਮੈਨੂੰ ਜ਼ੋਰ ਕਿਉਂ ਪਾਉਂਦੀ ਕੀ ਤੈਨੂੰ ਮਿਲਣਾ ਹੈ ਐਵੇਂ ਫਰੇ ਤੀਰਥੀ ਨਾਉਂਦੀ ਉੱਥੇ ਬਾਬਾ ਜੀ ਹੈ ਰਹਿੰਦੇ ਅੰਤਰ ਜਾਮੀ ਜਿਨ੍ਹਾਂ ਨੂੰ ਕਹਿੰਦੇ ਸਭ ਦੀ ਮਨ ਦੀ ਹੈ ਬੋਝ ਲੈਂਦੇ ਸ਼ਕਤੀ ਹਰਦੀ ਚਲ ਆਪ ਵੀ ਚੱਲੀਏ ਪਤੀ ਜੀ ਪੁੰਨਿਆ ਨਾਨਕ ਸਰਦੀ ਜੇ ਤੂੰ ਉਹਨਾਂ ਕੋਲੇ ਜਾਵੇਂ ਉਥੇ ਜਾ ਕੇ ਕੀ ਤੂੰ ਲਿਆਵੇਂ ਐਵੇਂ ਬਾਦੂ ਟਾਈਮ ਗਵਾਵੇਂ ਦਿਨ ਕਿਉਂ ਪਨਾਉਂਦੀ ਕੀ ਤੈਨੂੰ ਮਿਲਣਾ ਹੈ ਐਵੇਂ ਫਿਰੇ ਤੀਰਥੀ ਨਾਉਂਦੀ ਇਹਨਾ ਗੱਲਾਂ ਤੇਰੀਆਂ ਚੰਗੀਆਂ ਉਥੋਂ ਮਿਲਣ ਮਰਾਤਾ ਮੰਗੀਆਂ ਇਹਨਾ ਗੱਲਾਂ ਤੇਰੀਆਂ ਚੰਗੀਆਂ ਉਥੋਂ ਮਿਲਣ ਮਰਾਤਾ ਮੰਗੀਆਂ ਹੋ ਜਾਣ ਦੂਰ ਤੇਰੀਆਂ ਤੰਗੀਆਂ ਬਦਲੇ ਹਾਲਤ ਕਰਦੀ ਚਲੇ ਆਪ ਵੀ ਚੱਲਿਏ ਪਤੀ ਜੀ ਪੁੰਨਿਆ ਨਾਨਕ ਸਰਦੀ ਨਾਨਕ ਸਰ ਮੈਂ ਨਾ ਜਾ ਸਕਿਆ ਸਾਰੇ ਫੇਰ ਫੇਰ ਕੇ ਮੈਂ ਥੱਕਿਆ ਇਹਨਾਂ ਗੱਲਾਂ ਤੋਂ ਮਨ ਅੱਕਿਆ ਪਰਮਚ ਪਾਉਂਦੀ ਕੀ ਤੈਨੂੰ ਮਿਲਣਾ ਹੈ ਐਵੇਂ ਫਿਰੇ ਤੀਰਥੀ ਨਾਉਂਦੀ ਤੈਨਾਂ ਕੀਤੇ ਇਹ ਦਰਸ਼ਨ ਜਿਨਾਂ ਨੂੰ ਦੇਵੀ ਤੇ ਦੇਵਤੇ ਤਰਸਨ ਤੈਨਾਂ ਕੀਤੇ ਇਹ ਦਰਸ਼ਨ ਜਿਨਾਂ ਨੂੰ ਦੇਵੀ ਦੇਵਤੇ ਤਰਸਨ ਫੁੱਲ ਆਕਾਸ਼ਾਂ ਵਿੱਚੋਂ بارشਣ ਵਰਖਾ ਵਰਦੀ ਚੱਲ ਆਪ ਵੀ ਚੱਲਿਏ ਪਤੀ ਜੀ ਪੁੰਨਿਆ ਨਾਨਕ ਸਰਦੀ ਜਾ ਕੇ ਨਾਨਕ ਸਰ ਜੋ ਆਉਂਦੇ ਸਾਰੇ ਇਹੀ ਗੱਲ ਸੁਦਾਉਂਦੇ ਬਾਬੇ ਮੇਰਾ ਹੈ ਵਰਸਾਉਂਦੇ ਦੁਨੀਆਂ ਲਿਆਉਂਦੀ ਕੀ ਤੈਨੂੰ ਮਿਲਣਾ ਹੈ ਐਵੇਂ ਫਿਰੇ ਤੀਰਥੀ ਨਾਉਂਦੀ ਜਿਹੜੇ ਸੇਵਕ ਨਾਨਕ ਸਰ ਦੇ ਸੰਗਤ ਬਾਬਾ ਜੀ ਦੀ ਕਰਦੇ ਜਿਹੜੇ ਸੇਵਕ ਨਾਨਕ ਸਰਦੇ ਸੰਗਤ ਬਾਬਾ ਜੀ ਦੀ ਕਰਦੇ ਬੇੜੇ ਉਹਨਾਂ ਦੇ ਹੈ ਤਰਦੇ ਦੁਨੀਆਂ ਤਰਦੀ ਚੱਲ ਆਪਾਂ ਵੀ ਚੱਲੀਏ ਪਤੀ ਜੀ ਪੁੰਨਿਆਂ ਨਾਨਕ ਸਰਦੀ ਜਿਹੜੇ ਬੰਦੇ ਨਾਨਕ ਸਰਦੇ ਉਥੇ ਕੰਮ ਕੀਓ ਕਰਦੇ ਮੈਨੂੰ ਦੱਸ ਦੇ ਗੁਣ ਓ ਕਰ ਦੇ ਤੂੰ ਗੁਣ ਗਾਉਂਦੀ ਕੀ ਤੈਨੂੰ ਮਿਲਣਾ ਹੈ ਐਵੇਂ ਫਿਰੇ ਤੀਰਥੀ ਨਾਉਂਦੀ ਓ ਇੱਕੋ ਕੰਮ ਹੋਰ ਨਾ ਦੂਜਾ ਓਥੇ ਗੁਰੂ ਨਾਨਕ ਦੀ ਪੂਜਾ ਇੱਕੋ ਕੰਮ ਹੋਰ ਨਾ ਦੂਜਾ ਓਥੇ ਗੁਰੂ ਨਾਨਕ ਦੀ ਪੂਜਾ ਚੜਦਾ ਫੁੱਲ ਮਿਸ਼ਰੀ ਤੇ ਕੂਜਾ ਲੋੜ ਨਾ ਜਰਦੀ ਚੱਲ ਆਪ ਵੀ ਚੱਲੀਏ ਪਤੀ ਜੀ ਪੁੰਨਿਆਂ ਨਾਨਕ ਸਰਦੀ ਲੋਕੀ ਇਹ ਵੀ ਗੱਲ ਸੁਣਾਉਂਦੇ ਉਥੇ ਹਾਜ਼ਰ ਪੋਗ ਲਵਾਉਂਦੇ ਸਾਜਾਂ ਨਾਲ ਆਰਤੀ ਗਾਉਂਦੇ ਬਹੁਤ ਸਹੌਂਦੀ ਕੀ ਤੈਨੂੰ ਮਿਲਣਾ ਹੈ ਐਵੇਂ ਫਿਰੇ ਤੀਰਥੀ ਨਾਉਂਦੀ ਓਥੇ ਬਾਜੇ ਜੋੜੀਆਂ ਵੱਜਣ ਬੱਦਲ ਸਾਵਣ ਦੇ ਜਿਉ ਗੱਜਣ ਬਾਜੇ ਜੋੜੀਆਂ ਵੱਜਣ ਬਾਦਲ ਸਾਵਣ ਦੇ ਜਿਉ ਗੱਜਣ ਜੜਦੇ ਮਨ ਬਿਰਤੀਆਂ ਵੱਜਣ ਤੁਨੀ ਸਵਰਦੀ ਚੱਲ ਆਪਾ ਬੀ ਚੱਲੀਏ ਪਤੀ ਜੀ ਪੁੰਨਿਆ ਨਾਨਕ ਸਰਦੀ ਸਾਰੇ ਲੋਕ ਇਹ ਗੱਲ ਕਹਿੰਦੇ ਨਾਨਕ ਸਰਗੁਰ ਨਾਨਕ ਰੈਂਦੇ ਉਥੇ ਨਾ ਸੌਂਦੇ ਨਾ ਪੈਂਦੇ ਨੀਂਦ ਨਾ ਆਉਂਦੀ ਕੀ ਤੈਨੂੰ ਮਿਲਣਾ ਹੈ ਐਵੇਂ ਫਿਰੇ ਤੀਰਥੀ ਨਾਉਂਦੀ ਉਹ ਤੈਨੂੰ ਮੈਂ ਨਾ ਆਖਦੀ ਕੱਲੀ ਇਹ ਗੱਲ ਸੰਗਤਾਂ ਦੇ ਵਿੱਚ ਚੱਲੀ ਤੈਨੂੰ ਮੈਂ ਨਾ ਆਖਦੀ ਕੱਲੀ ਇਹ ਗੱਲ ਸੰਗਤਾਂ ਦੇ ਵਿੱਚ ਚੱਲੀ ਤੂੰ ਵੀ ਕਰ ਲੈ ਆਪ ਤਸੱਲੀ ਬਨ ਕੇ ਸਰਦੀ ਚੱਲ ਆਪਾਂ ਵੀ ਚੱਲੀਏ ਪਤੀ ਜੀ ਪੁੰਨਿਆ ਨਾਨਕ ਸਰਦੀ ਸਤ ਗੁਰ ਮੇਰੇ ਤੇ ਵੀ ਟੁੱਠੇ ਸਿੱਧੇ ਹੋ ਜਾਣ ਅੱਖਰ ਜੋ ਪੁੱਠੇ ਜੇਕਰ ਮੇਰਾ ਦਾ ਮੀ ਬੁੱਠੇ ਤਪਤ ਬਜਾਉਂਦੀ ਕੀ ਤੈਨੂੰ ਮਿਲਣਾ ਹੈ ਐਵੇਂ ਫਿਰੇ ਤੀਰਥੀ ਨਾਉਂਦੀ ਓ ਰਸਤਾ ਗਿਆਨ ਬਬੇ ਕਬ ਤਾਉਂਦੇ ਬਾਬੇ ਮਿੱਠੇ ਬਚਨ ਸੁਣਾਉਂਦੇ ਰਾਸਤਾ ਗਿਆਨ ਬਾਬੇ ਕਵ ਤਾਉਂਦੇ ਬਾਬੇ ਮਿੱਠੇ ਬਚਨ ਸੁਣਾਉਂਦੇ ਸਭ ਦੇ ਮਨ ਨੂੰ ਹੈ ਠੰਡ ਪਾਉਂਦੇ ਕਾਇਆ ਠਰਦੀ ਚੱਲ ਆਪਾਂ ਵੀ ਚੱਲੀਏ ਪਤੀ ਜੀ ਪੁੰਨਿਆਂ ਨਾਨਕ ਸਰਦੀ ਐਨੇ ਬਾਬੇ ਪਰ ਉਪਕਾਰੀ ਤਾਹੀ ਦੁਨੀਆ ਜਾਣਦੀ ਸਾਰੀ ਆਇਨੇ ਬਾਪੇ ਪਾਰੇ ਉਪਕਾਰੀ ਆਈ ਦੁਨੀਆ ਜਾਂਦੀ ਸਾਰੀ ਕੰਨ ਲੱਗੇ ਜਾ ਸੰਗਤ ਯਾਰ ਦੇਰ ਕਿਉਂ ਲਾਉਂਦੀ ਸੁਖ ਉਤੋਂ ਮਿਲਦੇ ਹੈ ਮੈਨੂੰ ਕਿਉਂ ਨਹੀਂ ਪੁੰਨਿਆ ਦਿਖਾਉਂਦੀ